ਵੱਖ-ਵੱਖ ਥਾਵਾਂ ਤੇ ਧਰਨੇ ਲਾ ਰਹੀਆਂ ਹਨ। ਉਸੇ ਤਰ੍ਹਾਂ ਹੀ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਮਲੋਟ ਸ਼ਹਿਰ ਦੇ ਵਿੱਚ ਚੱਕਾ ਜਾਮ ਕੀਤਾ ਗਿਆ ਹੈ ਅਤੇ ਤੁਸੀਂ ਦੇਖ ਰਹੇ ਹੋ ਕਿ ਬਾਜ਼ਾਰ ਪੂਰਾ ਮੁਕੰਮਲ ਬੰਦ ਕੀਤਾ ਗਿਆ ਹੈ ਤੇ ਕਿਸਾਨ ਪੂਰੇ ਗੁੱਸੇ ਦੇ ਵਿੱਚ ਹਨ ਅਤੇ ਉਹ ਮੋਦੀ ਸਰਕਾਰ ਦਾ ਪਿੱਟ ਸਿਆਪਾ ਕਰ ਰਹੇ ਹਨ। ਹੁਣ ਅਸੀਂ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਾਂਗੇ। ਸੋ ਸਰ ਤੁਹਾਡਾ ਸਵਾਗਤ ਹੈ। ਹਾਂਜੀ, ਤੁਹਾਡਾ ਨਾਮ? ਮੇਰਾ ਨਾਮ ਜੀ ਪੂਰਨ ਸਿੰਘ, ਪਿੰਡ ਮੇਰਾ ਗਾ ਡਬਲ ਢਾਬ, ਮੈਂ ਜ਼ਿਲ੍ਹਾ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ। ਸਰ, ਤੁਸੀਂ ਜੋ ਕੇਂਦਰ ਸਰਕਾਰ ਵੱਲੋਂ ਆਰਡੀਨੈਂਸ ਪਾਸ ਕੀਤਾ ਗਿਆ, ਤੁਸੀਂ ਉਸਨੂੰ ਕਿਸ ਤਰ੍ਹਾਂ ਦੇਖਦੇ ਹੋ? ਅਸੀਂ ਤਾਂ ਉਸਨੂੰ ਅੱਜ ਵੇਣੇ ਹਾਂ ਜਿਵੇਂ ਉਹ ਬੜਾ ਭੈੜਾ ਵੇਣੇ ਹਾਂ, ਕਿਉਂਕਿ ਉਸਨੇ ਸਾਡੀ ਇਹ ਆਰਡੀਨੈਂਸ ਸਾਡੀ ਇੱਕ ਬਰਬਾਦੀ ਹੈ। ਉਹ ਸਾਡੀਆਂ ਸਾਰੀਆਂ ਫਸਲਾਂ, ਸਾਡੀ ਸਾਰੀ ਕਮਾਈ, ਸਾਰਾ ਕੁਝ ਸਾਡਾ ਫੇਲ ਹੋ ਜਾਏਗਾ। ਸਰ, ਉਸਨੇ ਜੋ ਸੂਬੇ ਦੀ ਸਰਕਾਰ ਹੈ ਕਾਂਗਰਸ, ਉਸਦਾ ਰੋਲ ਕਿਸ ਤਰ੍ਹਾਂ ਦੇਖ ਰਹੇ ਕਿ ਉਹ ਸਾਫ਼ ਕਿਸਾਨਾਂ ਦੇ ਰਹੀ ਹੈ ਜਾਂ ਅਜੇ ਵੀ ਡਰਾਮੇ ਕਰ ਰਹੀ ਹੈ? ਇਹ ਜੋ ਕਾਂਗਰਸ ਸਰਕਾਰ ਹੈ, ਇੱਕ ਪਾਸੇ ਤਾਂ ਆਖਦੀ ਮੈਂ ਕਿਸਾਨਾਂ ਦੇ ਨਾਲ ਖੜੀ ਹਾਂ, ਦੂਜੇ ਪਾਸੇ ਜਦੋਂ ਮੋਦੀ ਨੇ ਸੱਦੇ ਸੀ 7 ਮੁੱਖ ਮੰਤਰੀ, ਉਹਨਾਂ 'ਚੋਂ ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਸਾਈਨ ਕੀਤੇ ਸੀ। ਤੁਸੀਂ ਇਸ ਆਰਡੀਨੈਂਸ ਵਿੱਚ ਕੈਪਟਨ ਸਰਕਾਰ ਨੂੰ ਪੂਰੇ ਤਰ੍ਹਾਂ ਦੋਸ਼ੀ ਕਰਾਰ ਦਿੰਦੇ ਹੋ? ਹਾਂਜੀ, ਬਿਲਕੁਲ ਦੋਸ਼ੀ ਕਰਾਰ ਦਿੰਦੇ, ਪਹਿਲਾਂ ਇਹਨਾਂ ਸਾਈਨ ਕੀਤੇ ਹੋਏ ਸੀ ਅਤੇ ਹੁਣ ਸਾਡੇ ਨਾਲ ਚੜ੍ਹਦੇ ਸਾਰੇ ਡਰਾਮੇ ਹੀ ਕਰਦੇ ਪਏ ਆ ਕਿ ਉਹਨੇ ਮਿੱਟੀ ਗੋਂਗਲਾਂ ਤੋਂ ਮਿੱਟੀ ਪੂੰਝ ਰਹੇ ਪਏ ਸਾਰੇ। ਜੋ ਸ਼੍ਰੋਮਣੀ ਅਕਾਲੀ ਦਲ ਜੋ ਪਿਛਲੇ ਦਿਨੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਅਸਤੀਫਾ ਦਿੱਤਾ ਗਿਆ, ਤੁਸੀਂ ਉਸਨੂੰ ਕਿਸ ਤਰ੍ਹਾਂ ਦੇਖਦੇ ਕਿ ਉਹ ਕਿਸਾਨਾਂ ਦੇ ਨਾਲ ਖੜ ਰਹੇ ਆ ਕਿ ਜਾਂ ਅਜੇ ਵੀ ਮਤਲਬ ਕਿ ਡਰਾਮੇਬਾਜ਼ੀ ਸ਼ੁਰੂ ਕਰ ਦਿੱਤੀ ਉਹਨਾਂ ਨੇ? ਇਹ ਜਦੋਂ ਇਹ ਅਸਤੀਫਾ ਦੇਣ ਦਾ ਟਾਈਮ ਸੀ ਉਦੋਂ ਹਰਸਿਮਰਤ ਕੌਰ ਨੇ ਅਸਤੀਫਾ ਨਹੀਂ ਦਿੱਤਾ। ਹੁਣ ਅਗਲੀ ਆਉਣ ਵਾਲੀ ਜਿਹੜੀ ਕਿਸਾਨ ਆਪਦੀ ਸਰਕਾਰ ਬਣਾਉਣ ਲਈ ਇਹ ਡਰਾਮੇਬਾਜ਼ੀ ਹੈ, ਇਸ ਕੋਈ ਸਾਡੇ ਨਾਲ ਮੈਚ ਨਹੀਂ ਹੈਗੀ। ਇੱਕ ਪਾਸੇ ਤਾਂ ਨਹੀਂ ਮੈਂ ਡਰਾਮਾ ਅਸਤੀਫਾ ਦਿੱਤਾ, ਦੂਜਾ ਪਾਸੇ ਅਜੇ ਸਮਝੌਤਾ ਅਸੀਂ ਉਦੋਂ ਦੱਸਾਂਗੇ, ਸਾਡੇ ਜਿਹੜੀ ਮੀਟਿੰਗ ਸੱਦਾਂਗੇ ਫਿਰ ਦੱਸਾਂਗੇ। ਇਹ ਕੋਈ ਸਮਝੌਤੇ ਵਾਲੀ ਗੱਲ ਕੋਈ ਨਹੀਂ, ਇਹ ਤਾਂ ਇੱਕ ਡਰਾਮਾ ਹੀ ਹੈ। ਜੋ ਪੰਜਾਬ ਦੇ ਤਿੰਨੇ ਪਾਰਟੀਆਂ ਆਮ ਆਦਮੀ ਪਾਰਟੀ, ਕਾਂਗਰਸ ਅਤੇ ਅਕਾਲੀ ਦਲ, ਉਹ ਕਾਲੇ ਕਿਸਾਨ ਆਗੂ ਨਾਲ ਖੜੀ ਹੈ ਜਾਂ ਅਜੇ ਵੀ ਆਪਣੇ 2022 ਲਈ ਗਰਾਊਂਡ ਤਿਆਰ ਕਰ ਰਹੀ ਹੈ? ਇਹ ਤਾਂ 2022 ਲਈ ਗਰਾਊਂਡ ਹੀ ਹੈ, ਸਿਆਸੀਆਂ ਦਾ ਤਿਆਰ ਹੋਣਾ ਹੈ। ਜੋ ਨੌਜਵਾਨਾਂ ਦਾ ਉਤਸ਼ਾਹ ਦੇਖ ਰਹੇ, ਤੁਸੀਂ ਉਸਨੂੰ ਕਿਸ ਤਰ੍ਹਾਂ ਦੇਖਦੇ ਆ ਕਿ ਨੌਜਵਾਨਾਂ ਵਿੱਚ ਭਾਰੀ ਜਾਗਰੂਕਤਾ ਆ ਚੁੱਕੀ ਹੈ? ਇਹ ਜਾਗਰੂਕਤਾ ਨਹੀਂ ਆਈ ਜੀ, ਇਹ ਜਦੋਂ ਸਾਡੇ ਤਾਂ ਗਰੀਬੀ ਆਈ ਹੈ, ਗਰੀਬੀ ਆਉਣ ਕਾਰਨ ਇਹਨਾਂ ਨੂੰ ਬੜਾ ਸਮਝਾਇਆ ਹੈ, ਬੁਲਾਇਆ ਵੀ ਮੇਰੇ ਨਾਲ ਚੱਲਿਆ ਕਰੋ, ਅਸੀਂ ਬੁੱਢੇ ਬੰਦੇ ਹਾਂ, ਸਾਡਾ ਤਾਂ ਹੁਣ ਥੋੜ੍ਹਾ ਚਿਰ ਹੀ ਕੰਮ ਰਹਿ ਗਿਆ, ਹੁਣ ਤੁਸੀਂ ਤੁਰੋਗੇ ਤਾਂ ਕੰਮ ਬਣਨਾ, ਨਹੀਂ ਤਾਂ ਤੁਸੀਂ ਖਤਮ ਹੋ ਜਾਓਗੇ। ਜਿਸ ਤਰ੍ਹਾਂ ਸਿਆਣੇ ਬੰਦੇ ਕਹਿੰਦੇ ਕਿ ਜੋਸ਼ ਦੇ ਨਾਲ ਹੋਸ਼ ਵੀ ਜ਼ਰੂਰੀ ਆ, ਤੁਸੀਂ ਉਸਨੂੰ ਹੋਸ਼ ਦੇ ਵਿੱਚ ਆਣ ਕੇ ਕਿਸ ਤਰ੍ਹਾਂ ਇਹਨਾਂ ਨੌਜਵਾਨਾਂ ਨੂੰ ਅੱਗੇ ਸੇਧ ਕਿਸ ਤਰ੍ਹਾਂ ਦੇਵੋਗੇ ਕਿ ਅੱਗੇ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਔਕੜਾਂ ਨਾ ਆਉਣ? ਅਸੀਂ ਇੱਕ ਗੱਲ ਆਉਂਦੇ ਹਾਂ ਵੀ ਇੱਕ ਤਾਂ ਸਿਆਸੀਆਂ ਤੋਂ ਦੂਰ ਰਹੋ, ਜੋ ਕਿ ਸਿਆਸੀ ਇਹੋ ਜਿਹੇ ਬੰਦੇ ਨੇ ਨੌਜਵਾਨ ਨੂੰ ਮਰਵਾਉਣਾ ਚਾਹੁੰਦੇ ਆ। ਆਮ ਆਪਾਂ ਵੇਖਦੇ ਹਾਂ ਕਿ ਸਿਆਸੀਆਂ ਦੀ ਜੇ ਕੋਈ ਧੱਕੇ ਚੜ੍ਹ ਗਿਆ ਉਹਨੂੰ ਮਰਵਾ ਦਿੱਤਾ, ਇਹਨਾਂ ਨੂੰ ਇਹ ਵੀ ਸਿਆਸੀਆਂ ਤੋਂ ਪਾਸੇ ਰਹਿ ਕੇ ਆਪਦੀ ਕਿਸਾਨ ਯੂਨੀਅਨ ਵਿੱਚ ਆਓ, ਆਪਦੀ ਹੱਕ ਲਵੋ, ਚੱਜ ਦੀ ਰੇਹ ਸਪਰੇ ਲਵੋ, ਪੜ੍ਹੋ ਅਤੇ ਬਿੱਲ ਪੁੱਛੋ ਉਹਨਾਂ ਨੂੰ ਅਤੇ ਜਿਹੜਾ ਉਹਦਾ ਮੁੱਲ ਬਣਦਾ ਉਹ ਪੁੱਛੋ, ਅਤੇ ਤੁਹਾਡਾ ਜੇ ਭਵਿੱਖ ਕੋਈ ਸੋਚ ਸਕੇ, ਜੇ ਜਿਵੇਂ ਸਾਡੇ ਵਾਲਾ ਹਾਲ ਰਿਹਾ ਫਿਰ ਤੁਸੀਂ ਵੀ ਸਾਡੇ ਨਾਲ ਕਾਂਗੂ ਭੁੱਖੇ ਸਾਰੀ ਉੱਪਰ ਰਹਿ ਜਾਓਗੇ। ਆਉਣ ਵਾਲੇ ਸਮੇਂ ਵਿੱਚ ਕਿਸਾਨ ਜਥੇਬੰਦੀਆਂ ਕਿਸ ਤਰ੍ਹਾਂ ਸੰਘਰਸ਼ ਉਲੀਕ ਰਹੀਆਂ ਨੇ? ਆਉਣ ਵਾਲੀਆਂ ਜਿਹੜੀਆਂ ਆਉਣ ਵਾਲੀਆਂ ਜਥੇਬੰਦੀਆਂ ਕਿਸਾਨ ਹੈ, ਕਿਸਾਨ ਬਹੁਤ ਇੱਕ ਹੋ ਰਿਹਾ ਹੈ, ਆਪਾਂ ਵੇਖਦੇ ਹੀ ਹਾਂ ਕਿ ਇਕੱਲਾ ਕਿਸਾਨ ਨਹੀਂ, ਮਜ਼ਦੂਰ ਵੀ ਅਤੇ ਬਾਕੀ 31 ਯੂਨੀਅਨ ਹੋਰ ਵੀ ਇੱਕ ਹੋ ਕੇ ਕਿਸਾਨ ਦਾ ਸਾਥ ਨਹੀਂ ਬਲਕਿ ਆਪਦੇ ਹਿੱਤਾਂ ਦੀ ਰਾਖੀ ਕਰ ਰਹੀਆਂ। ਅਜੇ ਵੀ ਦੇਖ ਰਹੇ ਜੋ ਕਿ ਪਿੰਡਾਂ ਵਿੱਚ ਕਿਸਾਨ ਰਹਿੰਦੇ ਉਹ ਸੰਘਰਸ਼ ਨਹੀਂ ਨਾਲ ਆੜ ਕੇ ਨਾ ਰਲ ਨਹੀਂ ਰਹੇ, ਤਾਂ ਤੁਸੀਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਅਸੀਂ ਉਹਨਾਂ ਨੂੰ ਇਹ ਆਹਨੇ ਹਾਂ ਵੀ ਅੱਬਲ ਉਹ ਜੋ ਬੰਦੇ ਆ ਜਿਹੜੇ ਅੱਜ ਨਹੀਂ ਆਏ, ਉਹਨਾਂ ਨੂੰ ਸਿਆਸੀਆਂ ਨੇ ਲਾਏ ਇੰਨੇ ਦਿੱਤੇ ਆ ਕਿ ਉਹਨਾਂ ਨੂੰ ਛੱਡ ਨਹੀਂ ਸਕਦੇ, ਕਿਉਂਕਿ ਕਿਸੇ ਨੂੰ ਕਿਸੇ ਨੌਕਰੀਆਂ ਮਿਲ ਗਈਆਂ, ਕਿਸੇ ਨੂੰ ਦੂਜਾ ਫੈਨ ਮਿਲ ਗਿਆ, ਕਿਸੇ ਨੂੰ ਫਾਈਨੈਂਸ ਮਿਲ ਗਿਆ, ਇਸੇ ਕਰਕੇ ਉਹ ਅਜੇ ਨਹੀਂ ਛੱਡ ਸਕਦੇ, ਪਰ ਉਹਨਾਂ ਦੀ ਕਿਸੇ ਦਿਨ ਮਜਬੂਰੀ ਉਹਨਾਂ ਦੀ ਵੀ ਬਣੇਗੀ, ਉਹਨਾਂ ਨੂੰ ਵੀ ਆਉਣਾ ਪਏਗਾ। ਤੁਹਾਡਾ ਨਾਮ ਜਸਵੀਰ ਸਿੰਘ? ਸਰ, ਤੁਸੀਂ ਇਸ ਆਰਡੀਨੈਂਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਇਹ ਟੋਟਲੀ ਕਿਸਾਨ ਮਾਰੂ ਹੈ, ਮਜ਼ਦੂਰ ਮਾਰੂ ਹੈ ਅਤੇ ਆੜ੍ਹਤੀਆਂ ਵੀ ਇਸ ਨਾਲ ਖਤਮ ਹੋ ਜਾਏਗਾ। ਜਿਵੇਂ ਕਿ ਆਪਾਂ ਜਾਣਦੇ ਹਾਂ ਵੀ ਆੜ੍ਹਤੀ ਅਤੇ ਜੱਟ ਦਾ ਇੱਕ ਮਾਂ ਪੁੱਤ ਵਾਲਾ ਰਿਸ਼ਤਾ ਹੁੰਦਾ ਹੈ, ਜਦੋਂ ਵੀ ਜੱਟ ਨੂੰ ਲੋੜ ਹੁੰਦੀ ਪੈਸੇ ਦੀ ਤਾਂ ਉਹ ਸਿੱਧਾ ਆੜ੍ਹਤੀ ਕੋਲ ਜਾਂਦਾ, ਕੋਈ ਐਮਰਜੈਂਸੀ ਪਵੇ ਜੇ ਉਹ ਹੀ ਨਾ ਰਹਿਣਗੇ ਤਾਂ ਘਰ ਕਿਵੇਂ ਚੱਲੇਗਾ। ਜਿਉਂ ਕਿ ਨੌਜਵਾਨ ਜੋ ਨੌਜਵਾਨ ਸਭਾ ਜਾਂ ਨੌਜਵਾਨ ਆਪਣੀ ਸੰਸਥਾ ਕਹੇ ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ, ਤੁਸੀਂ ਆਪਦੇ ਜੋ ਸੋਸ਼ਲ ਮੀਡੀਆ ਦਾ ਅਕਾਊਂਟਸ ਉਸ 'ਤੇ ਕਿਸ ਤਰ੍ਹਾਂ ਦੀ ਐਕਟੀਵਿਟੀ ਕਰਦੇ ਹੋ ਅੱਜ ਕੱਲ੍ਹ? ਅਸੀਂ ਹੁਣ ਫੁੱਲ ਸ਼ੇਅਰ ਕਰ ਰਹੇ ਹਾਂ ਇਸ ਨੂੰ, ਟਵੀਟ ਵੀ ਕਰ ਰਹੇ ਹਾਂ ਟਾਈਮ ਟੂ ਟਾਈਮ ਤਾਂ ਕਿ ਆਪਣੀ ਸਰਕਾਰਾਂ ਤੱਕ ਗੱਲ ਪਹੁੰਚ ਸਕੇ। ਤੁਸੀਂ ਹੋਰ ਆਪਦੇ ਜੋ ਦੋਸਤ ਮਿੱਤਰ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜੋ ਕਿ ਤੁਹਾਡੇ ਨਾਲ ਵੱਧ ਤੋਂ ਵੱਧ ਜੁੜਨ ਅਤੇ ਜੋ ਕੇਂਦਰ ਸਰਕਾਰ ਜੋ ਕਿ ਪੰਜਾਬ ਦੇ ਅੱਗੇ ਗੋਡੇ ਟੇਕ ਦੇਵੇ ਅਤੇ ਜੋ ਆਪਣਾ ਬਿੱਲ ਆਰਡੀਨੈਂਸ ਨੂੰ ਕੈਂਸਲ ਹੋ ਜਾਵੇ? ਨਹੀਂ, ਗੱਲ ਐਂ ਹੈ ਜੀ, ਆਪਣੇ ਬਜ਼ੁਰਗਾਂ ਨੇ ਤਾਂ ਜਿੰਨੀਆਂ ਖਾਣੀਆਂ ਸੀ ਖਾ ਲਈਆਂ, ਹੁਣ ਵਾਰੀ ਆਪਣੀ ਹੈ, ਜੇ ਹੁਣ ਨਾ ਆਪਾਂ ਤੁਰੇ ਤਾਂ ਕੱਲ੍ਹ ਨੂੰ ਟਾਈਮ ਆਪਣਾ ਵੀ ਆ ਜਾਣਾ ਹੈ, ਇਸ ਲਈ ਹੁਣ ਟਾਈਮ ਹੈ, ਹੁਣ ਬਜ਼ੁਰਗਾਂ ਨਾਲ ਤੁਰਾਂਗੇ ਤਾਂ ਕੁਝ ਸਿੱਖ ਲਾਂਗੇ ਅਤੇ ਹੱਕ ਲੈ ਲਾਂਗੇ, ਨਹੀਂ ਤਾਂ ਘਰੇ ਭੁੱਖੇ ਮਰਾਂਗੇ।